ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪਰਮਿੰਦਰ ਚੀਮਾ, ਤੁਸੀਂ ਵੇਖ ਰਹੇ ਹੋ ਵਲੌਗਸ ਵਿਦ ਪ੍ਰਿੰਸ ਚੀਮਾ, ਅਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਸ਼ੀਆ ਦੇ ਟੂਰਿਸਟ ਵੀਜ਼ੇ ਬਾਰੇ। ਜੀ ਹਾਂ, ਰਸ਼ੀਆ ਇੱਕ ਬਹੁਤ ਹੀ ਵਧੀਆ ਅਤੇ ਸੋਹਣੀ ਕੰਟਰੀ ਮੰਨੀ ਜਾਂਦੀ ਹੈ ਟੂਰਿਸਟ ਵਾਸਤੇ, ਜਿਹਦੇ ਵਿੱਚ ਮੋਸਕੋ, ਸੈਂਟ ਪੀਟਰਸਬਰਗ ਵਰਗੀਆਂ ਸੋਹਣੀਆਂ ਸੋਹਣੀਆਂ ਸਿਟੀਜ਼ ਹਨ ਜਿੱਥੇ ਹਰੇਕ ਸਾਲ ਬਹੁਤ ਸਾਰੇ ਟੂਰਿਸਟ ਜੋ ਘੁੰਮਣ ਜਾਂਦੇ ਹਨ। ਸਭ ਤੋਂ ਵੱਡੀ ਖੁਸ਼ੀ ਦੀ ਖਬਰ ਇਹ ਹੈ ਕਿ ਇੰਡੀਅਨ ਨੂੰ ਰਸ਼ੀਆ ਦੀ ਗੌਰਮੈਂਟ ਜੋ ਹੈ ਇੰਡੀਅਨ ਸਿਟੀਜ਼ਨ ਨੂੰ 180 ਦਿਨ ਦਾ ਟੂਰਿਸਟ ਵੀਜ਼ਾ, ਹਾਂਜੀ ਯਾਨੀ ਕਿ 6 ਮਹੀਨੇ ਦਾ ਟੂਰਿਸਟ ਵੀਜ਼ਾ, ਸਟਿੱਕਰ ਵੀਜ਼ਾ ਇਸ਼ੂ ਕਰਦੀ ਹੈ। ਇੱਕ ਬਹੁਤ ਹੀ ਵੱਡੀ ਗੱਲ ਹੈ ਜਿਸ ਦੇ ਵਿੱਚ ਆਪਾਂ ਨੂੰ ਮਲਟੀਪਲ ਐਂਟਰੀਜ਼ ਵੀ ਮਿਲ ਜਾਂਦੀਆਂ ਹਨ। ਜਿਨ੍ਹਾਂ ਦਾ ਪਾਸਪੋਰਟ ਫਰੈਸ਼ ਹੈ, ਟਰੈਵਲ ਹਨ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਹਰੇਕ ਬੰਦਾ ਰਸ਼ੀਆ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ ਹੈ ਅਤੇ ਇਸ ਦਾ ਆਪਾਂ ਨੂੰ ਸਟਿੱਕਰ ਵੀਜ਼ਾ ਮਿਲਦਾ ਹੈ, ਜੋ ਕਿ ਬਹੁਤ ਹੀ ਵਧੀਆ ਗੱਲ ਹੈ ਆਪਣੀ ਟਰੈਵਲ ਹਿਸਟਰੀ ਬਣਾਉਣ ਦੇ ਲਈ। ਜਾਂ ਜੋ ਲੋਕ ਬਹੁਤ ਟਾਈਮ ਤੋਂ ਲੋਕਡਾਊਨ ਕਰਕੇ ਜਾਂ ਕੋਵਿਡ ਕਰਕੇ ਆਪਣੇ ਘਰਾਂ 'ਚ ਬੈਠੇ ਹਨ ਅਤੇ ਘੁੰਮਣ ਲਈ ਜਾਣਾ ਚਾਹੁੰਦੇ ਹਨ, ਉਹਨਾਂ ਵਾਸਤੇ ਬਹੁਤ ਵਧੀਆ ਅਪਰਚੁਨਿਟੀ ਹੈ। ਰਸ਼ੀਅਨ ਗੌਰਮੈਂਟ ਨੇ ਸਾਰੇ ਕੈਟੇਗਰੀਜ਼ ਦੇ ਵੀਜ਼ੇ ਓਪਨ ਕਰ ਦਿੱਤੇ ਹਨ, ਸਾਰੇ ਕਿਸੇ ਤਰ੍ਹਾਂ ਦੇ ਵੀਜ਼ੇ ਆਪਾਂ ਜੋ ਹਨ ਅਪਲਾਈ ਕਰ ਸਕਦੇ ਹਾਂ। ਦਿੱਲੀ ਦੇ ਵਿੱਚ ਜੋ ਕਿ ਰਸ਼ੀਆ ਦੀ ਅੰਬੈਸੀ ਹੈ, ਆਪਾਂ ਉੱਥੇ ਜਾ ਕੇ ਕਿਸੇ ਵੀ ਕੈਟੇਗਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ। ਅਤੇ ਬਹੁਤ ਹੀ ਵਧੀਆ ਗੱਲ ਇਹ ਹੈ, ਲੋਕਡਾਊਨ ਦੇ ਦੌਰਾਨ ਵੀ ਰਸ਼ੀਆ ਵੀਜ਼ਾ ਐਪਲੀਕੇਸ਼ਨ ਸੈਂਟਰ ਜੋ ਕਿ ਨਿਊ ਦਿੱਲੀ, ਮੁੰਬਈ, ਚੇਨਈ ਦੇ ਵਿੱਚ ਓਪਨ ਹੈ, ਚੰਡੀਗੜ੍ਹ ਅਤੇ ਜਲੰਧਰ ਦੇ ਵਿੱਚ ਇਹ ਹਜੇ ਓਪਨ ਨਹੀਂ ਹੋਏ। ਬਟ ਆਪਾਂ ਨੂੰ ਜੇ ਰਸ਼ੀਆ ਦਾ ਵੀਜ਼ਾ ਚਾਹੀਦਾ, ਆਪਾਂ ਨੂੰ ਦਿੱਲੀ ਦੀ ਅਪੁਆਇੰਟਮੈਂਟ ਬੁੱਕ ਕਰਨੀ ਪਏਗੀ ਵੀਜ਼ਾ ਐਪਲੀਕੇਸ਼ਨ ਸੈਂਟਰ ਦੀ, ਅਤੇ ਆਪਾਂ ਉੱਥੇ ਜਾ ਕੇ ਆਪਣੀ ਫਾਈਲ ਸਬਮਿਟ ਕਰਵਾ ਕੇ ਆਪਣਾ ਰਸ਼ੀਆ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਾਂ। ਸਭ ਤੋਂ ਵਧੀਆ ਗੱਲ ਇਹ ਹੈ, ਇਹ ਸਟਿੱਕਰ ਵੀਜ਼ਾ ਦੇ ਲਈ ਆਪਾਂ ਨੂੰ ਬਹੁਤ ਹੀ ਘੱਟ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ। ਕਿਹੜੇ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਸੋ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ ਰਸ਼ੀਆ ਦੇ ਸਟਿੱਕਰ ਵੀਜ਼ਾ, ਟੂਰਿਸਟ ਵੀਜ਼ਾ ਦੇ ਲਈ ਆਪਾਂ ਨੂੰ ਕਿਹੜੇ ਕਿਹੜੇ ਮੇਨ ਡਾਕੂਮੈਂਟ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਤੁਹਾਡਾ ਪਾਸਪੋਰਟ, ਜਿਸ ਦੀ ਕਿ ਵੈਲਿਡੀ 6 ਮਹੀਨੇ ਦੀ ਹੋਣੀ ਚਾਹੀਦੀ ਹੈ, ਅਤੇ ਉਸ ਦੇ ਵਿੱਚ 2 ਬਲੈਂਕ ਪੇਜ ਹੋਣੇ ਚਾਹੀਦੇ ਹਨ। ਜਿਨ੍ਹਾਂ ਦਾ ਫਰੈਸ਼ ਪਾਸਪੋਰਟ ਹੈ ਉਹਨਾਂ ਨੂੰ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈ ਕਿ ਬਲੈਂਕ ਪੇਜ ਕੀ ਸੀਨ ਹੈ ਕੀ ਨਹੀਂ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈ। ਸਿਰਫ ਤੁਹਾਡੇ ਪਾਸਪੋਰਟ ਦੀ ਜੋ ਐਕਸਪਾਇਰੀ ਡੇਟ ਹੈ, ਤੁਸੀਂ ਜਦੋਂ ਵੀਜ਼ਾ ਅਪਲਾਈ ਕਰਨਾ ਤਾਂ ਉਹ 6 ਮਹੀਨੇ ਦੀ ਡੇਟ ਹੋਣੀ ਚਾਹੀਦੀ ਹੈ, ਤਾਂ ਜੋ ਆਪਣਾ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਡਾ ਪਾਸਪੋਰਟ, ਫਿਰ ਆਪਾਂ ਨੂੰ ਚਾਹੀਦਾ ਹੁੰਦਾ ਹੈ ਕਿ ਰਸ਼ੀਆ ਤੋਂ ਜਿਹੜਾ ਇਨਵੀਟੇਸ਼ਨ ਲੈਟਰ ਹੁੰਦਾ ਹੈ, ਕਿਸੇ ਵੀ ਟੂਰਿਸਟ ਏਜੰਸੀ ਕੋਲੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ। ਜੇ ਆਪਾਂ 15-20 ਦਿਨ ਲਈ ਟੂਰਿਸਟ ਵੀ ਐਜ਼ ਅ ਟੂਰਿਸਟ ਆਪਾਂ ਰਸ਼ੀਆ ਦੇ ਵਿੱਚ ਘੁੰਮਣ ਜਾਣਾ ਹੈ, ਤਾਂ ਬਹੁਤ ਹੀ ਆਸਾਨੀ ਦੇ ਨਾਲ $20-25 ਆਪਾਂ ਖਰਚ ਕੇ ਇਨਵੀਟੇ ਰਸ਼ੀਆ ਦੇ ਟੂਰ ਏਜੰਸੀ ਕੋਲੋਂ ਆਪਣਾ ਇਨਵੀਟੇਸ਼ਨ ਲੈਟਰ ਪ੍ਰਾਪਤ ਕਰ ਸਕਦੇ ਹਾਂ, ਅਤੇ ਇਹ ਚੀਜ਼ ਆਪਾਂ ਨੂੰ ਕੰਪਲਸਰੀ ਹੈ ਰਸ਼ੀਆ ਦਾ ਵੀਜ਼ਾ ਲੈਣ ਦੇ ਲਈ। ਥਰਡ ਚੀਜ਼ ਜੋ ਕਿ ਮੈਂਡੇਟਰੀ ਹੈ, ਨੋਰਮਲ ਜੀ ਗੱਲ ਹੈ, ਆਪਣਾ ਵੀਜ਼ਾ ਐਪਲੀਕੇਸ਼ਨ ਫੋਰਮ। ਰਸ਼ੀਆ ਦਾ ਵੀਜ਼ਾ ਐਪਲੀਕੇਸ਼ਨ ਫੋਰਮ ਤੁਸੀਂ ਔਨਲਾਈਨ ਫਿਲ ਕਰ ਸਕਦੇ ਹੋ। ਰਸ਼ੀਆ ਵੀਜ਼ਾ ਐਪਲੀਕੇਸ਼ਨ ਸੈਂਟਰ ਜੋ ਹੈ, ਉਹਨਾਂ ਦੀ ਵੈਬਸਾਈਟ 'ਤੇ ਉਹਨਾਂ ਦਾ ਲਿੰਕ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ, ਬਹੁਤ ਹੀ 5-10 ਮਿੰਟ ਲੱਗਦੇ ਆ, ਰਸ਼ੀਆ ਦਾ ਐਪਲੀਕੇਸ਼ਨ ਫੋਰਮ ਤੁਸੀਂ ਫਿਲ ਕਰ ਸਕਦੇ ਹੋ। ਫਸਟ ਚੀਜ਼ ਚਾਹੀਦੀ ਹੈ ਆਪਣਾ ਪਾਸਪੋਰਟ, ਪਾਸਪੋਰਟ 6 ਮਹੀਨੇ ਵੈਲਿਡ ਚਾਹੀਦਾ ਆ, ਉਸ ਤੋਂ ਬਾਅਦ 2 ਬਲੈਂਕ ਪੇਜ ਚਾਹੀਦੇ ਹੈ, ਇਨਵੀਟੇਸ਼ਨ ਲੈਟਰ ਚਾਹੀਦਾ ਹੈ ਟੂਰ ਏਜੰਸੀ ਕੋਲੋਂ, ਅਤੇ ਆਪਾਂ ਨੂੰ ਚਾਹੀਦਾ ਹੈ ਆਪਣਾ ਵੀਜ਼ਾ ਐਪਲੀਕੇਸ਼ਨ ਫੋਰਮ, ਅਤੇ ਚੌਥੀ ਚੀਜ਼ ਹੋ ਗਈ ਤੁਹਾਡੀ ਪਾਸਪੋਰਟ ਸਾਈਜ਼ ਫੋਟੋਗ੍ਰਾਫ, ਜੋ ਕਿ 35x45 ਦੀ 80% ਫੇਸ ਚਾਹੀਦਾ ਆ। ਇਹ 4 ਡਾਕੂਮੈਂਟਸ ਤੁਸੀਂ ਲੈ ਕੇ ਵੀਜ਼ਾ ਐਪਲੀਕੇਸ਼ਨ ਸੈਂਟਰ ਦੀ ਅਪੁਆਇੰਟਮੈਂਟ ਬੁੱਕ ਕਰਕੇ ਉੱਥੇ ਜਾ ਕੇ ਆਪਣਾ ਵੀਜ਼ਾ ਜਿਹੜਾ ਆ ਉਹ ਲਗਵਾ ਸਕਦੇ ਹੋ। ਇਹਨਾਂ ਕੋਲ ਵੀਜ਼ਾ ਜਦੋਂ ਕਰਵਾਉਂਦੇ ਆ ਤਾਂ ਇਹਨਾਂ ਕੋਲ 2 ਤਰ੍ਹਾਂ ਦੀ ਸਰਵਿਸ ਹੈ, ਇੱਕ ਹੈ ਨੋਰਮਲ, ਇੱਕ ਹੈ ਪ੍ਰਾਇਓਰਟੀ। ਨੋਰਮਲ ਦੇ ਵਿੱਚ 10-15 ਦਿਨ ਲੱਗਦੇ ਆ ਤੁਹਾਡਾ ਵੀਜ਼ਾ ਇਸ਼ੂ ਹੋਣ 'ਚ, ਅਤੇ ਪ੍ਰਾਇਓਰਟੀ ਦੇ ਵਿੱਚ 3-4 ਵਰਕਿੰਗ ਦਿਨ ਦੇ ਵਿੱਚ ਤੁਹਾਡਾ ਜਿਹੜਾ ਹੈ ਵੀਜ਼ਾ ਸਟੈਂਪ ਹੋ ਕੇ ਆ ਜਾਂਦਾ ਆ। ਫਰਕ ਸਿਰਫ ਇੰਨਾ ਆ, ਪ੍ਰਾਇਓਰਟੀ ਦੀ ਜਿਹੜੀ ਫੀਸ ਹੈ ਉਹ ਡਬਲ ਹੈ। ਅਗਰ ਆਪਾਂ ਨੋਰਮਲ 'ਚ ਅਪਲਾਈ ਕਰਦੇ ਹਾਂ ਤਾਂ 8,82-8,83 ਰੁਪਏ ਤੁਹਾਡੀ ਫੀਸ ਹੈ, ਉਸ ਤੋਂ ਬਾਅਦ ਆਪਾਂ ਅਡੀਸ਼ਨਲ ਸਰਵਿਸ ਜੋ ਵੀ ਲੈਂਦੇ ਹਾਂ ਉਹ ਅਲੱਗ ਹੁੰਦੀਆਂ ਨੇ, ਜਿਵੇਂ ਕਿ SMS ਸਰਵਿਸ ਹੋ ਗਈ, ਕੋਰੀਅਰ ਸਰਵਿਸ ਹੋ ਗਈ, ਉਹ ਅਲੱਗ ਹੁੰਦੀ ਹੈ। ਇਹ ਜੇ ਆਪਾਂ ਨੂੰ 10-15 ਦਿਨ ਵੇਟ ਕਰਨੀ ਪੈਂਦੀ ਹੈ। ਜੇ ਪ੍ਰਾਇਓਰਟੀ ਦੇ ਵਿੱਚ ਅਪਲਾਈ ਕਰਦੇ ਹਾਂ 3-4 ਦਿਨ 'ਚ ਆਪਣਾ ਵੀਜ਼ਾ ਰਿਸੀਵ ਹੋ ਜਾਂਦਾ ਹੈ, ਬਸ ਉੱਥੇ ਜਿਹੜੀ ਅੰਬੈਸੀ ਦੀ ਫੀਸ ਹੈ ਉਹ ਆਪਾਂ ਨੂੰ ਡਬਲ ਪੇ ਕਰਨੀ ਪੈਂਦੀ ਹੈ, ਯਾਨੀ ਕਿ 12-13,000 ਰੁਪਇਆ ਆਪਾਂ ਨੂੰ ਪੇ ਕਰਨਾ ਪਏਗਾ, ਆਪਣਾ ਵੀਜ਼ਾ 3-4 ਦਿਨ 'ਚ ਪ੍ਰਾਪਤ ਹੋ ਜਾਂਦਾ ਹੈ। ਸਭ ਤੋਂ ਵੱਡਾ ਬੈਨੀਫਿਟ ਕੀ ਹੈ, ਜਿਨ੍ਹਾਂ ਦਾ ਫਰੈਸ਼ ਪਾਸਪੋਰਟ ਹੈ, ਸਟਿੱਕਰ ਵੀਜ਼ਾ ਹੈ ਰਸ਼ੀਆ ਦਾ, ਘੁੰਮਣ ਵਾਲੀ ਕੰਟਰੀ ਹੈ, ਟੂਰਿਸਟ ਕੰਟਰੀ ਹੈ, ਟਰੈਵਲ ਹਿਸਟਰੀ ਬਣਾਉਣ ਦੇ ਲਈ ਵਧੀਆ ਕੰਟਰੀ ਹੈ,
ਤੁਸੀਂ ਜਾਂਦੇ ਹੋ ਜਾ ਕੇ ਘੁੰਮ ਕੇ ਵਾਪਸ ਆਉਂਦੇ ਹੋ ਤੁਹਾਡੇ ਪਾਸਪੋਰਟ ਦੀ ਜੋ ਵੈਲਿਊ ਹੈ ਉਹ ਹਾਈ ਹੁੰਦੀ ਹੈ ਤੁਸੀਂ ਕਿਸੇ ਵਧੀਆ ਕੰਟਰੀ ਦਾ ਵੀਜ਼ਾ ਲੈਣਾ ਆ ਕੱਲ ਨੂੰ ਉਸ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤਾਂ ਰਸ਼ੀਆ ਵਰਗੀਆਂ ਕੰਟਰੀਜ਼ ਥੋੜ੍ਹੀਆਂ ਘੁੰਮਣ ਦੇ ਲਈ ਐਕਸਪੈਂਸਿਵ ਹੈਗੀਆਂ ਨੇ ਬਟ ਟਰੈਵਲ ਹਿਸਟਰੀ ਦੇ ਲਈ ਇਹ ਕੰਟਰੀ ਬਹੁਤ ਵਧੀਆ ਮੰਨੀ ਹੈ ਮੰਨੀ ਜਾਂਦੀ ਹੈ ਇਸ 'ਤੇ ਆਹ ਗੱਲ ਕੀਤੀ ਸੀ ਆਪਾਂ 10 ਤੋਂ 15 ਦਿਨ ਦਾ ਜੇ ਆਪਾਂ ਵੀਜ਼ਾ ਲੈਂਦੇ ਹਾਂ ਰਸ਼ੀਆ ਦਾ ਜੇ ਆਪਣੀ ਉੱਥੇ ਰਹਿਣ ਦੇ ਜਿਹੜੇ ਡੇਜ਼ ਹੁੰਦੇ ਹਨ ਵੀ ਆਪਾਂ ਕਿੰਨੇ ਦਿਨ ਰਸ਼ੀਆ ਦੇ ਵਿੱਚ ਰਹਿਣਾ ਆ ਜੇ ਆਪਣੇ 15 ਦਿਨ ਤੋਂ ਉੱਪਰ ਜਾਂਦੇ ਹਨ ਤਾਂ ਆਪਾਂ ਨੂੰ ਉਸ ਦੇ ਵਿੱਚ ਹੋਟਲ ਬੁਕਿੰਗ ਫਲਾਈਟ ਟਿਕਟ ਅਤੇ ਟਰੈਵਲ ਆਈਟਨਰੀ ਲਗਾਉਣੀ ਪੈਂਦੀ ਹੈ ਜਿਵੇਂ ਰਸ਼ੀਆ ਦੇ ਵਿੱਚ ਆਪਾਂ 6 ਮਹੀਨੇ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹਾਂ ਬਟ ਉਹਦੇ ਵਿੱਚ ਆਪਾਂ ਨੂੰ ਟਰੈਵਲ ਆਈਟਨਰੀ ਹੋਟਲ ਬੁਕਿੰਗਸ ਅਤੇ ਫਲਾਈਟ ਟਿਕਟਸ ਕੰਪਲਸਰੀ ਹਨ ਆਪਾਂ ਨੂੰ ਨਾਲ ਲਗਾਉਣੀਆਂ ਪੈਣਗੀਆਂ ਇਸ ਦਾ ਫਾਇਦਾ ਇਹ ਹੈ ਆਪਾਂ ਨੂੰ 6 ਮਹੀਨੇ ਦਾ ਜਿਹੜਾ ਵੀਜ਼ਾ ਹੈ ਮਲਟੀਪਲ ਐਂਟਰੀ ਵੀਜ਼ਾ ਮਿਲਦਾ ਹੈ ਅਤੇ ਜਿਹੜਾ ਦੂਜਾ ਵੀਜ਼ਾ ਹੈ ਜੋ 10 ਤੋਂ 15 ਦਿਨ ਵਾਲੇ ਵੀਜ਼ੇ ਦੀ ਮੈਂ ਗੱਲ ਕਰੀ ਹੈ ਟੂਰਿਸਟ ਵੀਜ਼ਾ ਇਸ ਵਿੱਚ ਆਪਾਂ ਨੂੰ ਸਿੰਗਲ ਐਂਟਰੀ ਦਾ ਵੀਜ਼ਾ ਮਿਲਦਾ ਹੈ ਸਿੰਗਲ ਐਂਟਰੀ ਦਾ ਮਤਲਬ ਤੁਸੀਂ ਇੱਕ ਵਾਰ ਉੱਥੇ ਘੁੰਮ ਕੇ ਵਾਪਿਸ ਆ ਜਾਂਦੇ ਹੋ ਤੁਹਾਨੂੰ ਦੁਬਾਰਾ ਤੋਂ ਵੀਜ਼ਾ ਲੈਣਾ ਪਏਗਾ ਜੇ ਆਪਾਂ 6 ਮਹੀਨੇ ਦਾ ਟੂਰਿਸਟ ਵੀਜ਼ਾ ਅਪਲਾਈ ਕਰਦੇ ਹਾਂ ਤੁਸੀਂ 6 ਮਹੀਨੇ ਦੇ ਵਿੱਚ ਜਿੰਨੀ ਵਾਰ ਮਰਜ਼ੀ ਉੱਥੇ ਜਾ ਸਕਦੇ ਹੋ ਤੁਹਾਨੂੰ ਦੁਬਾਰਾ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਲਗਾਤਾਰ ਰਸ਼ੀਆ ਦੇ ਵਿੱਚ 90 ਦਿਨ ਤੋਂ ਵੱਧ ਨਹੀਂ ਰਹਿ ਸਕਦੇ ਇੱਕ ਵਾਰੀ ਆਪਾਂ ਰਸ਼ੀਆ ਜਾਂਦੇ ਹਾਂ ਤਾਂ 90 ਦਿਨ ਤੋਂ ਵੱਧ ਆਪਾਂ ਉੱਥੇ ਸਟੇ ਨਹੀਂ ਕਰ ਸਕਦੇ ਆਪਾਂ ਨੂੰ ਵਾਪਿਸ ਆਉਣਾ ਪਏਗਾ ਦੁਬਾਰਾ ਆਪਾਂ ਫਿਰ ਜਾ ਸਕਦੇ ਹਾਂ 180 ਦਿਨ ਦਾ ਆਪਾਂ ਨੂੰ 6 ਮਹੀਨੇ ਦਾ ਟੂਰਿਸਟ ਵੀਜ਼ਾ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਜੋ ਕਿ ਆਪਣੇ ਪਾਸਪੋਰਟ ਦੀ ਵੈਲਿਊ ਨੂੰ ਬਹੁਤ ਜ਼ਿਆਦਾ ਹਾਈ ਕਰਦਾ ਹੈ ਸੋ ਇਹ ਸੀਗੀ ਵੀਡੀਓ ਰਸ਼ੀਆ ਦੇ ਟੂਰਿਸਟ ਵੀਜ਼ੇ ਬਾਰੇ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਕਰ ਸਕਦਾ ਹੈ ਰਸ਼ੀਆ ਦੇ ਸੈਂਟਰਸ ਓਪਨ ਆਨ ਅਪੋਇੰਟਮੈਂਟਸ ਮਿਲ ਰਹੀਆਂ ਡਾਕੂਮੈਂਟ ਦੇ ਰਿਲੇਟਡ ਕੋਈ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਇਨਵੀਟੇਸ਼ਨ ਲੈਟਰ ਚਾਹੀਦਾ ਆ ਐਪਲੀਕੇਸ਼ਨ ਫੋਰਮ ਫਿਲ ਕਰਨਾ ਆ 2-3 ਚੀਜ਼ਾਂ ਚਾਹੀਦੀਆਂ ਕੋਈ ਜ਼ਿਆਦਾ ਡਾਕੂਮੈਂਟਸ ਤਾਂ ਮੰਗੇ ਨਹੀਂ ਹੋਏ ਨਾ ITR ਮੰਗੀ ਹੈ ਨਾ ਬੈਂਕ ਸਟੇਟਮੈਂਟ ਚਾਹੀਦੀ ਹੈ ਕੁਝ ਵੀ ਨਹੀਂ ਚਾਹੀਦਾ ਆਪਣਾ ਸਟਿੱਕਰ ਵੀਜ਼ਾ ਲਗਾਓ ਅਤੇ ਰਸ਼ੀਆ ਘੁੰਮ ਕੇ ਆਓ ਆਪਣੀ ਟਰੈਵਲ ਹਿਸਟਰੀ ਬਣਾਓ ਕਿ ਬਹੁਤ ਵਧੀਆ ਓਪਰਚੁਨਿਟੀ ਆ ਤੁਹਾਡੇ ਸਾਰਿਆਂ ਵਾਸਤੇ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਇੰਸਟਾਗ੍ਰਾਮ ਮੇਰੀ ਫੇਸਬੁੱਕ ਮੇਰਾ ਵਟਸਐਪ ਨੰਬਰ ਸਾਰਾ ਕੁਛ ਇਸ ਸਕਰੀਨ ਦੇ ਉੱਪਰ ਮੈਂਸ਼ਨ ਹੈ ਕਿਸੇ ਚੀਜ਼ ਦੀ ਹੈਲਪ ਚਾਹੀਦੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਦੇ ਵਧੀਆ ਵਧੀਆ ਵੀਡੀਓਜ਼ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ